ਜਿਵੇਂ ਭਾਈ ਸਾਗਰ ਹੋਰਾਂ ਨੇ ਕਾਰ ਉਂਠਾਂ ਨਾਲ ਅਫਸੋਸ ਕਰਨਾ ਉਸ ਹੈ ਪਿੱਛਾ ਜੇ ਅਸਾਂ ਆਏ ਸਾਂ ਇਹਨਾਂ ਨੇ ਕਾਰ ਵੀਡੀਓ ਬਣਾਈ ਸੀ ਆ ਇਹਨਾਂ ਨੇ ਉਂਠਾਂ ਨਹੀਂ ਅਸਾਂ ਤਾਂ ਕਹਿੰਦੇ ਸੋ ਜੀ ਊਂਠ ਹੁਣ ਜਾ ਹੀ ਰਿਹਾ ਭਾਈ ਮੇਰਾ ਫੋਟ ਹੋਇਆ ਤਾਂ ਤੀਸਰਾ ਦਿਨ ਜੀ ਤਾਂ ਊਂਠ ਆਪਣੇ ਆਪ ਹੀ ਭਾਈ ਕਬਰ ਪਰ ਆਇਆ ਉੱਥੇ ਅਸਾਂ ਤਾਂ ਕਹਿੰਦੇ ਊਂਠ ਆਪਣੇ ਮਾਲਕ ਨੇ ਕਬਰ ਪਰ ਸਲਾਮ ਕਰੀ ਰਿਹਾ ਪਿਆਰ ਕਰੀ ਰਿਹਾ ਮੈਂ ਕਰੂ ਤੋਰ ਲਿਆ ਸ਼ਰੀਫ ਪਿਆ ਤੋਂ ਖਲਿਆ ਮਾਸ਼ਾਅੱਲਾ ਉਸ ਬਾਬੇ ਜੀ ਦਰਬਾਰ ਬੜਾ ਹਾਜ਼ਰੀ ਵੀ ਦਿੱਤੀ ਸਰ ਵੀ ਊਂਠ ਮਾਸ਼ਾਅੱਲਾ ਪੂਰੀ ਦਿਹਾੜ ਅੱਛਾ ਮੇਲਾ ਕੀਤਾ ਮਤਲਬ ਵਾਪਸੀ ਹੋਰ ਮੈਂ ਚਲੋ ਅਸੀਂ ਕੱਢੀ ਸ਼ਕੀਨ ਜਿਲ੍ਹੇ ਹਾਂ ਕਾਰ ਜਿਹੜਾ ਸਾਗਰੀ ਦੇ ਮੁਕਾਮ ਉੱਪਰ ਆਏ ਹਾਂ ਉਹਦਾ ਊਂਠ ਕੋਈ ਤਕਲੀਫ ਮਹਿਸੂਸ ਕੀਤੀ ਅਤੇ ਮੈਂ ਗੱਡੀ ਖਲਾਈ ਤੱਕਿਆ ਤਾਂ ਬਸ ਊਂਠ ਕੋਈ ਬਸ ਬੇਹੋਸ਼ ਹੈ ਬਲਕਿ ਊਂਠਾ ਜੀ ਜਾਨ ਨਿਕਲੀ ਗਈ ਸੀ ਬਸ ਰਾਸ਼ਦ ਸ਼ਬੀਰ ਜੀ ਮਾੜੇ ਦੋਸਤੋ ਅਸਲਾਮ ਵਾਲੀਕੁਮ ਉਮੀਦ ਕਰਨਾ ਸਾਰੀ ਠੀਕ ਠਾਕ ਸੋ ਹੈ ਖੁਸ਼ ਬਾਸ਼ ਸੋ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਦ ਸ਼ਬੀਰ ਸੋ ਤਾਂ ਕੀ ਰਹੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸਾਡੀ ਖਿਦਮਤ ਹੈ ਫਿਰ ਆਜ਼ਰ ਜੀ ਕਾ ਨਵੀਂ ਵੀਡੀਓ ਕਰਨ ਤਾਂ ਇਸ ਵੇਲੇ ਮੈਂ ਜਾਂ ਮੌਜੂਦ ਹਾਂ ਜੀ ਉਹ ਆਪਣੇ ਗ੍ਰਹਿ ਚ ਹੀ ਮੌਜੂਦ ਹਾਂ ਕਾਫੀ ਦਿਹਾੜੀਆਂ ਸੋ ਬਾਅਦ ਅੱਜ ਮੈਂ ਜਾਂ ਇੰਟਰੋ ਮਾਰੀ ਰਿਹਾ ਨਾ ਜੀ ਉਹ ਆਪਣੇ ਗ੍ਰਹਿ ਨਹੀਂ ਬੰਨੀ ਬੜੀ ਮਾਰੀ ਰਹੀਆਂ ਆ ਕਿਉਂਕਿ ਕਾਫੀ ਟਾਈਮ ਸੁਬਹ ਜਾਂ ਮੌਸਮ ਹੋਣਾ ਸੀ ਜੋ ਕਾਫੀ ਖਰਾਬ ਹੋਣਾ ਸੀ ਧੁੰਦ ਵਗੈਰਾ ਪਈ ਹੋਣੀ ਸੀ ਅੱਜ ਸੁਬਹ ਵੀ ਧੁੰਦ ਕਾਫੀ ਪਈ ਸੀ ਇਹ ਆ ਕਿ ਧੁੱਪ ਜਿਹੜੀ ਹੈ ਜੀ ਉਹ ਜਲਦੀ ਨਿਕਲੀ ਆਈ ਹੈ ਅੱਜ ਗ੍ਰਾਉਂਡ ਵਿੱਚ ਨਜ਼ਰ ਆਈ ਹੈ ਜੀ ਉਹ ਵੀ ਸਾਫ ਸੁਥਰਾ ਨਜ਼ਰ ਆਈ ਰਿਹਾ ਮੈਂ ਦੂਰਾ ਦੂਰਾ ਤੱਕ ਅੱਜ ਸਾਂ ਤੱਕ ਹੀ ਸਕਣਾ ਜੀ ਸਾਰਾ ਗ੍ਰਾਂ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਸਾਰਾ ਗ੍ਰਾਂ ਅਸਾਂ ਵੀ ਮੌਕਾ ਲਗਾਇਆ ਕਿ ਅਸਾਂ ਬਾਹਰ ਨਿਕਲਾਂ ਤਾਂ ਧੁੱਪ ਸੈਕਣਾ ਆਪਾਂ ਅਸਾਂ ਧੁੱਪ ਸੈਕਣਾ ਸਾਨਾ ਆਏ ਅੱਗੇ ਜੁਲੇ ਜੀ ਜ਼ਮਾਨ ਚੌਕ ਵਾਲੀ ਸੈਡ ਮੋਟਰਸਾਈਕਲ ਉਹ ਖਲਤਾ ਆ ਤਾਂ ਬਾਕੀ ਇਹਦਾ ਹੈ ਸਿਆਹ ਖਰੋਟ ਅਜੇ ਤਾਂ ਲੁੱਗੀ ਪਈ ਵੀ ਆ ਉਹ ਭਰੂਣ ਕੋਈ ਅਵਾਮ ਲੱਗੀ ਚ ਨਹੀਂ ਆ ਉਸ ਅਵਾਮ ਨੇ ਪਿੱਛਾ ਜਾਸਾਂ ਅਸਾਂ ਵੀ ਡਡਿਆਲ ਸ਼ੈਨੀ ਤਰਫ ਔਰ ਬਗੈਰ ਕਿਸੇ ਸੇਫਟੀ ਸੇ ਜਾਸਾਂ ਕਿਉਂ ਅੱਜ ਮੌਸਮ ਜਿਹਾ ਰਹਿਣਾ ਜੀ ਉਹ ਤਾਂ ਸੋਹਣਾ ਹੋਇਆ ਵਾ ਆਵਰ ਲੇਟਰ ਜੀ ਮਾਰੇ ਦੋਸਤੋ ਫਾਈਨਲ ਇਸ ਵੇਲੇ ਮੈਂ ਪਹੁੰਚੀ ਹਾਂ ਜੀ ਜ਼ਮਾਨ ਚੌਕ ਨੇ ਏਰੀਆ ਵਿੱਚ ਮੌਸਮ ਸਾਂ ਤੱਕ ਹੋਣਾ ਜੀ ਇੱਥੇ ਬਿਲਕੁਲ ਸਾਫ਼ ਹੋਇਆ ਧੁੱਪ ਸਹੀ ਚਮਕੀ ਰਹੀ ਆ ਬਾਕੀ ਉਹ ਪਾਰ ਸਾਂ ਤੱਕ ਹੈ ਰੋਡਾਂ ਪਰ ਇੱਥੇ ਗੱਡੀਆਂ ਛੱਡੀਆਂ ਵੀ ਕਾਫੀ ਖਲਤੀਆਂ ਅੱਜ ਗੇਟ ਵੀ ਖੁੱਲ੍ਹਿਆ ਵਾ ਕਬਰਸਤਾਨੇ ਨਾਲ ਅੱਲਾ ਹੈਰ ਹੀ ਕਰਿਆ ਪਤਾ ਨਹੀਂ ਇੱਥੇ ਅੱਜ ਕਹਿ ਵੀ ਗਿਆ ਤਾਂ ਬਾਕੀ ਸਾਡੇ ਨਾਲ ਚਾਚਾ ਵੀ ਮੌਜੂਦ ਹੈ ਉਹਨਾਂ ਨੂੰ ਮਲਮਾਤ ਕਰਨਾ ਕਿ ਇੱਥੇ ਹੋਇਆ ਕਿਆ ਅਸਲਾਮ ਵਾਲੇਕਮ ਵਾਲੇਕਮ ਸਲਾਮ ਚਾਚਾ ਕੀ ਹਾਲ ਹੈ ਅੱਲਾ ਨੂੰ ਸ਼ੁਕਰ ਹੈ ਸੇ ਠੀਕ ਹੈ ਦੁਆ ਕਰੀ ਵੜਿਆ ਕਰੋ ਕੁਤੇ ਕੁੜਾ ਹੋਣੀ ਉਹ ਲੱਭਣੀ ਗਣੀ ਵਾ ਉਹ ਮਾਸਟਰ ਜੀ ਸਾਰਾ ਠੀਕ ਹੈ ਹੀ ਹੈ ਅਸੀਂ ਜਿਹੜਾ ਬੰਦਾ ਲੋਣਾ ਸਾਰੀ ਦੁਨੀਆ ਲੋਣੀ ਤੁਹਾਡੀ ਨਹੀਂ ਤੁਸੀਂ ਐਸਾ ਗਮਤੇ ਨਹੀਂ ਆ ਮੈਂ ਵੀ ਲੋਣਾ ਇੱਥੇ ਹੀ ਆਇਆ ਹਾਂ ਨਾ ਅੱਜ ਤੱਕ ਕੋਣਾ ਅਸੀਂ ਇੱਥੇ ਹਾਜ਼ਰ ਸਰਵ ਸੁਣੇ ਹਨ ਤੇ ਬਾਕੀ ਇਹ ਪਾਰ ਕਿਹਾ ਆਇਆ ਸਰਦੀ ਤਾਂ ਚਾਚਾ ਫਿਰ ਖੜਿਆ ਕੀ ਨੀ ਚਾਚਾ ਬੰਦੇ ਪੂਰੇ ਹੋ ਗਏ ਸਾਂ ਲੇਟ ਜਿਆਦਾ ਰਾਤਾ ਹੋਇਆ ਡਿੱਗੀ ਜੀ ਭਾਲੀ ਖੜੋ ਮੈਂ ਤਾਂ ਹੀ ਬੇਜਾ ਚਾਚਾ ਹੁਣ ਸਹੀ ਡਿੱਗੀ ਤਰ੍ਹਾਂ ਭਾਲੀ ਸਕਣਾ ਹੈ ਮਸਲਾ ਹੈ ਤਾਂ ਕਿ ਥੋੜੀ ਜਾਈ ਜਾਣ ਨਾ ਤਾਂ ਤਾਂ ਆਪੋ ਬੇਜ ਹੋਰ ਪਿੱਛੇ ਤੇ ਮੀਂਹ ਨਾਲ ਭਾਲੀ ਜਰੂਰ ਨਹੀਂ ਕਿ ਲੇਟ ਹੀ ਰਹਤਾ ਆ ਤਾਂ ਮੈਂ ਤਾਂ 50-50 ਸਮ ਪਤਾ ਹੈ ਸੰਗੀ ਸਿਹਤ ਖਰਾਬ ਹੋ ਜਾਣੀ ਮਾੜੀ ਤਾਂ ਕਿਆ ਸੂਰਤ ਹਾਲ ਸੀ ਮੇਲੇ ਨਹੀਂ ਮੇਲਾ ਬੜਾ ਬਿਹਤਰੀਨ ਸੀ ਹੈ ਹੈਲਾ ਸਵਾਦ ਹੈ ਤਾਂ ਕਿ ਤਰੇ ਮਿਸ਼ਾ ਕੇ ਸਾੜੀ ਜਿਹੜੀ ਓੜੀਆਂ ਨੇ ਮੇਲਿਆਂ ਕੇ ਕਾਟੀ ਪਸੰਦ ਕਰਨੀ ਓਡੀਆਂ ਸਰ ਜਿਹੜੀ ਆ ਨਾ ਜੀ ਉਹ ਸ਼ੁਗਲ ਮੇਲਾ ਪਸੰਦ ਕਰਨੀ ਹੈ ਤੇ ਮੇਲੇ ਪਰ ਸ਼ੁਗਲ ਮੇਲਾ ਹੀ ਹੋਣਾ ਨਾ ਹੋਰ ਕਿਆ ਉੱਥੇ ਆਸ ਹੈ ਕਿਆ ਤਾਂ ਉਹਨਾਂ ਹੈ ਊਂਠ ਹੀ ਊਂਠ ਹੋਸਨ ਕਿਆ ਤੱਕ ਹੈ ਊਂਠ ਚੰਗੀ ਚੀਜ਼ ਦੀ ਤਕਣੇ ਦੀ ਊਂਠ ਹੈ ਊਂਠ ਹੀ ਨਾ ਤੱਕ ਸਾ ਕਿਆ ਜੀ ਤੱਕ ਰੰਗ ਦੁਨੀਆ ਨੇ ਹਰ ਕੋਨੇ ਸਿੰਧ ਕਰਾਚੀ ਤੋਂ ਊਂਠ ਆਏ ਸਨ ਪੈਦਲ ਲੋਕ ਮਹੀਨਾ ਪਹਿਲੇ ਟੁਰਨੇ ਜ਼ਰਾ ਹੀ ਅਗਲਾ ਜੇ ਆਸਾਂ ਉਹਨਾਂ ਚੀਜ਼ਾਂ ਕਿ ਨਾ ਤੱਕ ਸਾ ਇਸ ਤੋਂ ਨਵੀਂ ਚੀਜ਼ ਸਾਡੇ ਤੱਕ ਕਿਹੜੀ ਹੋ ਸਕਣੀ ਹੋਰ ਬਾਕੀ ਤੁਸੀਂ ਸੁਣਾਓ ਕਿਆ ਕੋਈ ਖਬਰ ਹੈ ਖਬਰ ਇਹ ਆ ਨਹੀਂ ਜਿਹੜਾ ਸਾਡਾ ਸੰਗੀ ਇੱਕ ਸਾਗਰ ਹੈ ਸਾਗਰ ਤੋਂ ਪਿਛਲੇ ਹਫ਼ਤੇ ਤੋਂ ਵੀਡੀਓ ਵੀ ਲਾਈਵ ਸੀ ਦੁਆ ਮੰਗਣੇ ਤੇ ਗਏ ਸੋ ਠਾਰ ਕਿੱਥੇ ਠਾਰ ਠਾਰਾ ਠਾਰ ਗਏ ਸੋ ਹਾਂ ਉਹ ਲੈ ਤੱਕ ਕਿਸ ਨੂੰ ਆਣੇ ਸਨ ਊਂਠ ਖੜਸਾਂ ਕਲੈਮ ਸ਼ਰੀਫ ਸਾਗਰ ਕੇ ਇਹ ਤਾਂ ਬੁਠਰੀ ਵਾਲੇ ਤਾਂ ਨਹੀਂ ਬੁਠਰੀ ਵਾਲੇ ਜਿਸ ਊਂਠਾਂ ਨੇ ਤੁਸੀਂ ਵੀਡੀਓ ਇੱਕ ਦਫ਼ਾ ਅੱਗੇ ਬਣਾਈ ਸੀ ਕਵਰ ਵੀ ਖੜਿਆ ਉਸਨੇ ਜੀ ਉਹ ਊਂਠ ਗਿਆ ਕਲੈਮ ਸ਼ਰੀਫ ਦਿਹਾੜੇ ਰਿਹਾ ਚਾਰ ਠੀਕ ਆ ਤੇ ਮੁੰਡਿਆਂ ਦਾ ਘਰ ਵਾਲੇ ਬਸ ਵਾਪਸੀ ਆਈ ਤੇ ਗੱਡੀ ਲੱਦਿਆ ਨੇ ਤੇ ਪੁੱਛ ਨੇ ਸ਼ਾਹ ਹਾਕੀ ਕੋਲ ਠੀਕ ਆ ਊਂਠ ਅੱਲਾ ਨੇ ਵਾਲਾ ਆਈ ਗਿਆ ਕਿਆ ਬਾਣੇ ਹੋ ਜੀ ਸੀਰੀਅਸ ਦੋ ਦਿਹਾਈ ਤਰ੍ਹਾਂ ਦਾ ਪਰ ਚੰਗਾ ਭਲਾ ਸੀ ਤੂੰ ਚੰਗਾ ਵਾਲਾ ਟੁਰਨਾ ਗਿਆ ਉੱਥੇ ਤਰੇ ਚਾਰ ਦੜਿਆ ਨੇ ਸਹੀ ਆਪਣੀ ਜੋਬਨ ਜਿਰਿਆ ਠੀਕ ਆ ਮੁੰਡਿਆਂ ਯਾਰ ਬਸ ਉਸਨੇ ਜ਼ਿੰਦਗੀ ਸੰਭੀ ਸੀ ਕਸ਼ਮੀਰੀ ਜੋ ਸਾਰਾ ਰੋਜ਼ੀ ਪਾਣੀ ਖਤਮ ਕਰਦੇ ਗਿਆ ਤਾਂ ਪੁਲੂ ਰਾਹ ਨਹੀਂ ਚੜਿਆ ਜਾਰਾ ਇਹ ਤਾਂ ਬੜੀ ਤੁਸਾਂ ਦੁੱਖ ਬੜੀ ਖਬਰ ਸੁਣਾਈ ਹੈ ਹਾਂ ਤੇ ਤੁਸਾਂ ਉਹਨੇ ਜੇ ਕਾਰ ਉਹਨੇ ਅਫਸੋਸ ਕਰੇ ਜਣਾ ਚੰਗਾ ਜਣਾ ਤਾਂ ਪੈਸੀ ਹੈ ਬਣਾਈਆਂ ਵਾ ਕਿ ਪਤਾ ਨਹੀਂ ਸੋਈ ਆਇਓ ਕੋਣੀ ਮੈਂ ਕੱਲ ਹੋਈ ਆਇਆ ਸਾਂ
ਸੱਚਾ ਬਿਆ ਕੋਣੀ ਤੇ ਕੱਲ ਬਹੁਤ ਆਣਾ ਤੁਸਾਂ ਨੰਬਰ ਲਾਣੇ ਟਰਾਈ ਕੀਤੀ ਲਗਨ ਲਾਉਤੀ ਕਿ ਤੁਸਾਂ ਚਾਹਣੇ ਕੋਣੋ ਦੁਆ ਪੈਰੀ ਗੱਲ ਲਗਣਾ ਨਹੀਂ ਜੇ ਲਗੀ ਜਾ ਉਸ ਤੁਸਾਂ ਨੇ ਫੋਨੇ ਕਿ ਹੋਣਾ ਸਾਇਲੈਂਟ ਲਗਾ ਵਾ ਤੇ ਲ ਰਾਤੀ 9 ਵਜੇ ਤੱਕਣੇ ਤੇ ਸਵੇਰੇ ਪੁੱਛਨੇ ਕੀ ਕੀਤਾ ਸਨੇ ਫੋਨ ਉਸ ਦਾ ਵੇਦਾ ਕੋਣੀ ਠੀਕ ਹੈ ਯਾਰ ਤੇ ਮਾਤਮਾ ਸ਼ਤਮਣ ਜੇ ਟੇਮ ਹੋਣਾ ਨਾ ਇਹ ਚੱਟ ਮੰਗਣੀ ਵਾਲਾ ਸਿਸਟਮ ਹੋਣਾ ਜ਼ਹਿਰ ਕਿ ਟਾਈਮ ਲੇਟ ਕਰੋ ਹੁਣ ਜਨਾਜ਼ਾ ਇੱਥੇ 2:30 ਵਜੇ ਸੀ ਜੀ ਤੁਸੀਂ ਫੋਨ ਕਰਾ ਤੁਸੀਂ ਚਾਹੋ ਸ਼ਾਮੀ ਉਸ ਦਾ ਕੋਈ ਵੇਦਾ ਕੋਣੀ ਨਾ ਚਾਚਾ ਨੇ ਖਬਰ ਸੁਣਾਈ ਹੈ ਭਾਈ ਸਾਗਰ ਹੋਣਾ ਉਹ ਜਿਹੜਾ ਆਇਆ ਸੀ ਆ ਉਹ ਫੋਤ ਹੋ ਗਿਆ ਪਿੱਛੇ ਮੈਂ ਉਸਨੀ ਵੀਡੀਓ ਬਣਾਈ ਸੀ ਆ ਇਹ ਉਹ ਹੁਣ ਸੀ ਆ ਜਾਂ ਕਬੜਾ ਵਜਾਉਣਾ ਸੀ ਆ ਬੜਾ ਅਫਸੋਸ ਸੀ ਆ ਤਾਂ ਹੁਣ ਸਾਨੂੰ ਜੁਸੋ ਨਾਲ ਲਿਆ ਮੈਂ ਤਾਂ ਤੁਸਾਂ ਨਾਮੀ ਕੇ ਨਾਲ ਨਾ ਖੜੋ ਤੂੰ ਤੁਸਾਂ ਨਾਲ ਬੰਦਾ ਭੇਜਾਂ ਨਾ ਜੀ ਮਾਰੇ ਦੋਸਤੋ ਫਾਈਨਲੀ ਅਸਾਂ ਪਹੁੰਚੀ ਆਏ ਆ ਭਾਈ ਸਾਗਰ ਨੇ ਕਾਰ ਉਠਾਣਾ ਅਫਸੋਸ ਕਰਨਾ ਉਸ ਪਿੱਛੇ ਜਿਹਾ ਅਸਾਂ ਆਏ ਸਾਂ ਇਹਨਾਂ ਨੇ ਕਾਰ ਵੀਡੀਓ ਬਣਾਈ ਸੀ ਆ ਇਹਨਾਂ ਨੇ ਉਠਾਣੀ ਉਹ ਉਂਠ ਉਹ ਸੀ ਆ ਜਿਹੜੇ ਆਪਣੇ ਮਾਲਕ ਰਾਣੀ ਕਬਰ ਵਜਾਉਣਾ ਸੀ ਆ ਸਲਾਮ ਕਰਨਾ ਉਸ ਉਸਨੇ ਜਿਹੜੇ ਅਸਲ ਮਾਲਕ ਸਨ ਜੀ ਉਹ ਇਹਨਾਂ ਨੇ ਭਾਈ ਸਨ ਜਿਹੜੇ 3 ਸਾਲ ਤਕਰੀਬਨ ਪਹਿਲਾਂ ਫੋਤ ਹੋ ਗਏ ਸਨ ਤਾਂ ਹੁਣ ਅਸਾਂ ਇਹਨਾਂ ਨੇ ਕਾਰ ਆਏ ਹਾਂ ਅਫਸੋਸ ਨਾਲ ਆਉਣਾ ਪੈਣਾ ਕਿ ਜਿਹੜਾ ਇਹਨਾਂ ਨੂੰ ਉਂਠ ਹੈ ਸੀ ਨਾ ਜੀ ਉਹ ਵੀ ਅੱਲਾ ਕੀ ਪਿਆਰਾ ਹੋ ਗਿਆ ਅਸਾਂ ਤੱਕ ਸੋ ਜੀ ਉਂਠ ਹੁਣ ਜਾ ਹੀ ਰਿਹਾ ਭਾਈ ਮਾਲਾ ਫੋਤ ਹੋਇਆ ਤਾਂ ਤੀਸਰਾ ਦਿਨ ਜੀ ਤਾਂ ਉਂਠ ਆਪਣੇ ਆਪ ਹੀ ਭਾਈ ਕਬਰ ਪਰ ਆਇਆ ਉੱਥੇ ਅਸਾਂ ਤੱਕ ਜੀ ਉਂਠ ਆਪਣੇ ਮਾਲਕ ਨੂੰ ਕਬਰ ਪਰ ਸਲਾਮ ਕਰੀ ਰਿਹਾ ਪਿਆਰ ਕਰੀ ਰਿਹਾ ਇਹ ਉਂਠ ਆਪਣੇ ਮਾਲਕ ਨਾਲ ਪਿਆਰ ਆ ਕੇ ਉੱਥੇ ਉਹ ਰੋਜ਼ ਅਸਾਂ ਸਲਾਮ ਕਰਨਾ ਇਹ ਉਂਠ ਜਿਹੜੀ ਹੁਣ ਕੱਢੀ ਜਾ ਆਪਣੇ ਮੂੰਹ ਚੋਂ ਇਹ ਕਿਆ ਕਰੀ ਰਿਹਾ ਸਰਦੀ ਦੀ ਮਸਤੀ ਜਾਈ ਜਾਣੇ ਫਿਰ ਇਸ ਵਜ੍ਹਾ ਤੋਂ ਕੱਢਣੇ ਹੋੜੀ ਪਾਪੇ ਥਾ ਆਏ ਇਹਨਾਂ ਕੀ ਅਫਸੋਸ ਕਰਨਾ ਉਸਤੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕਹਦਾ ਜੀ ਠੀਕ ਹੋ ਠੀਕ ਠਾਕ ਜੀ ਆਪ ਸੁਣਾਓ ਲਾਣਾ ਸ਼ੁਕਰ ਕਹਨਾ ਜੀ ਮਹਿਤਾਬ ਨਾ ਆਇਆ ਉਹ ਅਫਸੋਸ ਕਰਨ ਦਾ ਆਇਆ 2 ਸਾਲ ਆਏ ਜੀ ਉਂਠ ਸਾਏ ਕੁਥਾ ਨੇ ਰਾਸ਼ੀ ਉਸ ਅਸਾਂ ਕਰ ਰਟੇ ਨੇ ਤੇ ਸਹੀ ਕੀ ਖਬਰ ਮਿਲੀ ਹੈ ਅਸਾਂ ਕੀ ਇਹ ਦੋਸਤ ਹੋ ਰਾਂ ਬਾਈ ਜੀ ਪਾਪਾ ਮੁੰਦਰੀ ਰਾਂ ਪਾਪਾ ਮੁੰਦਰੀ ਰਾਂ ਬਾਈ ਜੀ ਇਹ 2 ਸਾਲ ਉਂਠ ਜਾ ਰਾਂ ਉਹ ਤੇ ਜਾ ਯਾਰ ਠੀਕ ਹੋ ਗਿਆ ਹਾਂ ਜੀ ਪਾਪਾ ਮੁੰਦਰੀ ਚਲਾ ਜੀ ਠੀਕ ਅੱਲਾ ਦਾ ਸ਼ੁਕਰ ਸਸ ਨਾਲ ਸੇ ਠੀਕ ਹੈ ਜੀ ਠੀਕ ਹੈ ਅੱਲਾ ਦਾ ਸ਼ੁਕਰ ਕਿ ਤੁਸੀਂ ਅੱਜ ਆਏ ਅਫਸੋਸ ਕਰਨ ਵਾਸਤੇ ਜ਼ਰਾ ਸੋਈ ਇਸ ਉਂਠਾਈ ਦੇਖਭਾਲ ਵਗੈਰਾ ਕਰਨਾ ਸੋਇਆ ਨਾ ਨਹੀਂ ਸੀ ਤਾਂ ਉਂਠਣੀ ਉਮਰ ਜਿਹੜੀ ਅਸੀਂ ਉਹ ਕਾਫੀ ਸੀ ਹੈ ਜ਼ਰਾ ਉਸ ਚੀਜ਼ਾਂ ਦਾ ਅਫਸੋਸ ਹੋਣਾ ਹੀ ਹੈ ਕਿਉਂਕਿ ਭਾਈ ਆਪੋ ਤਾਂ ਦੌੜ ਭਾਈ ਨਹੀਂ ਕਰੀ ਸਕਣਾ ਸਾਨੂੰ ਤੁਸੀਂ ਕਰਨਾ ਹੋਣਾ ਸੋਇਆ ਚਲੋ ਜੀ ਕੋਣੀ ਹੁਣ ਸਿਸਟਮ ਹੀ ਆ ਤੁਸੀਂ ਸਾਹ ਚਾ ਰਹੇ ਖਤਮ ਹੋਈ ਕਿ ਬਾਜ਼ਨ ਕੀ ਆਇਆ ਸੀ ਸਾਰੇ ਕਰਨੇ ਸਿੱਖਿਆ ਜੀ ਕੋਈ ਫਰਕ ਨਹੀਂ ਪੈਣਾ ਕਰਨੀ ਚਾਹੀਦੀ ਵਾਰ ਮਾਲ ਅਸਾਂ ਅਫਸੋਸ ਹੀ ਆਖਾਂ ਕਿਉਂਕਿ ਤੁਸਾਂ ਵੀ ਇਸਨੀ ਕਾਫੀ ਦੇਖਭਾਲ ਕਰਨਾ ਸੋਇਆ ਜਿਸਾ ਉਂਠ ਗੱਲ ਚੱਲਣਾ ਸੀ ਤਾਂ ਅਸਾਂ ਲੋੜੀ ਤੋਂ ਦੇਣੇ ਸੋਇਆ ਇਕੱਠੇ ਰਹਿਣੇ ਸੀ ਸਾਰੇ ਜਾਣੇ ਸੀ ਤਾਂ ਬਾਕੀ ਸਾਰੇ ਨਾਲ ਇਸ ਵੇਲੇ ਮੌਜੂਦ ਹੈ ਜੀ ਭਾਈ ਸਾਗਰ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਠੀਕ ਹੋ ਜੀ ਸ਼ੁਕਰ ਅਲਹਮਦੁਲਿਲਾ ਠੀਕ ਸਭਾ ਤੋਂ ਪਹਿਲੂ ਤਾਂ ਅਸਾਂ ਕੀ ਬਹੁਤ ਬਹੁਤ ਅਫਸੋਸ ਹੈ ਜਾਂ ਉਂਠ ਫੋਤ ਹੋ ਗਿਆ ਬਸ ਜੀ ਰੱਬ ਦੀ ਮਰਜ਼ੀ ਹੈ ਬਸ ਮੌਲਾ ਨਿਸ਼ਾਨ ਹੈ ਕੁਝ ਹੋ ਸਕਣਾ ਭਾਈ ਕਿਉਂਕਿ ਅਸਾਂ ਕੁਝ ਦਿਹਾੜੇ ਪਹਿਲੂ ਆਏ ਸਾਂ ਉਸ ਉਂਠਾਣੀ ਵੀਡੀਓ ਵੀ ਬਣਾਈ ਸੀ ਹਾਂ ਬਿਲਕੁਲ ਜੀ ਉਹ ਜਿਹੜਾ ਸਾਡਾ ਰਾਜ ਹੋ ਦੁਨੀਆ ਛੋੜੀ ਗਿਆ ਜ਼ਹਿਰਾ ਜਿਹੜੀ ਚੀਜ਼ ਇੱਥੇ ਅੱਛੀ ਹੈ ਜੀ ਉਸੀ ਕੋ ਦਿਨ ਜਾਣਾ ਹੀ ਹੈ ਤਾਂ ਉਸ ਉਂਠਾਂ ਅਸਾਂ ਕਲਿਆਮ ਸ਼ਰੀਫ ਵੀ ਗਏ ਸਾਂ ਤਾਂ ਇੱਥੋਂ ਅਸਾਂ ਪੈਦਲ ਵੀ ਖਾਇਆ ਸੀ ਬਿਲਕੁਲ ਜੀ ਬਿਲਕੁਲ ਸਿਹਤਮੰਦ ਸੀ ਆ ਸਹੀ ਸੀ ਆ ਉਹ ਬਿਲਕੁਲ ਜੀ ਤੂੰ ਮੈਂ ਘਰੂ ਤੋਂ ਕਲਿਆਮ ਸ਼ਰੀਫ ਪਿਆਦਲ ਖਲਿਆ ਮਾਸ਼ਾ ਅੱਲਾ ਉਸ ਬਾਬੇ ਜੀ ਦਰਬਾਰ ਬੜਾ ਹਾਜ਼ਰੀ ਵੀ ਦਿੱਤੀ ਸਰ ਵੀ ਉਸ ਮਾਸ਼ਾ ਦਾ ਪੂਰੀ ਦਿਹਾੜ ਅੱਛਾ ਮੇਲਾ ਕੀਤਾ ਬੜਾ ਵਾਪਸੀ ਹੋਰ ਮੈਂ ਚਲੋ ਅਸੀਂ ਕੱਢੀ ਸੀ ਗਿੰਜ ਲਿਆ ਘਰ ਜਿਹੜਾ ਸਾਗਰੀ ਦੇ ਮੁਕਾਮ ਉੱਪਰ ਆਏ ਹਾਂ ਉਹਦਾ ਊਠ ਕੋਈ ਤਕਲੀਫ ਮਹਿਸੂਸ ਕੀਤੀ ਤੇ ਮੈਂ ਗੱਡੀ ਖਲਾਈ ਤੱਕਿਆ ਤਾਂ ਬਸ ਊਠ ਕੋਈ ਬਸ ਬੇਹੋਸ਼ ਰਹਿ ਬਲਕਿ ਊਠਾ ਜੀ ਜਾਨ ਨਿਕਲੀ ਗਈ ਸੀ ਬਸ ਜਦ ਸਾ ਕਲਿਆਮ ਸ਼ਰੀਫ ਚੜੇ ਹੋ ਤੇ ਉਸ ਵੇਲੇ ਊਠ ਠੀਕ ਸੀ ਬਿਲਕੁਲ ਜੀ ਗੱਡੀ 'ਚ ਮਾੜੇ 6-7 ਸਾਥੀ ਨਾਲ ਆਏ ਗੱਡੀ 'ਚ ਅਸਾਂ ਸਹੀ ਸਲਾਮੋ ਤੋਂ ਊਠ ਗੱਡੀ 'ਚ ਭਾਲਿਆ ਤੇ ਵਾਪਸ ਅਸਾਂ ਮੁੜੀ ਟੁਰੀ ਆਏ ਉਹ ਜਣੇ ਮੁੜੀ ਵਾਪਸ ਉੱਥੇ ਗਏ ਉੱਠੀ ਭਾਈ ਜੰਗੀਰ ਜਿਨ੍ਹਾਂ ਨੇ ਸਾਥ ਮੈਂ ਗਿਆ ਉਹ ਭਾਈ ਉਹਨਾਂ ਊਠ ਲਦਾਇਆ ਲੇਕਿਨ ਮੁੜੀ ਉਹ ਵਾਪਸ ਹੋ ਗਈ ਮੈਂ ਗੱਡੀ 'ਚ ਬਹਿ ਤਾਂ ਇੱਕ ਹੋਰ ਲੜਕਾ ਵੀ ਮਾੜੇ ਨਾਲ ਸੀ ਤੇ ਵਾਪਸੀ ਪਰ ਆਈ ਰਿਹਾ ਜਿਹੜਾ ਸਾਗਰੀ ਦੇ ਮੁਕਾਮ ਪਰ ਆਏ ਹਾਂ ਉਹਲੇ ਤੱਕਿਆ ਤਾਂ ਊਠ ਕੋਈ ਬਸ ਤਕਲੀਫਾ ਹੀ ਸਾ ਪਰ ਅਸੀਂ ਬੇਸਿਕਲੀ ਹੋਇਆ ਕਿਆ ਸੀ ਬਸ ਪਰ ਉਹ ਵੈਸੇ ਜੀ ਅੱਲਾ ਦੀ ਤਰਫੋਂ ਕੋਈ ਵਿਚਾਰਾ ਫੋਤ ਹੋ ਗਿਆ ਮਤਲਬ ਕਿ ਉਸਨੇ ਬਸ ਜ਼ਿੰਦਗੀ ਇਤਨੀ ਸੀ ਜ਼ਿੰਦਗੀ ਇਤਨੀ ਸੀ ਸਾਲ ਲੱਗਾ ਸਨ ਬਸ ਅੱਲਾ ਨੇ ਮਾਲਾ ਹੋ ਗਿਆ ਜੀ ਤਾਂ ਬਾਕੀ ਜ਼ਰਾ ਤੁਸਾਂ ਕਿ ਇਸ ਗੱਲ ਨਾਲ ਅਫਸੋਸ ਹੈ ਸੀ ਆ ਕਿ ਅਗਰ 10 ਸਾਲ 12 ਸਾਲ ਤੋਂ ਉਹ ਉਂਠ ਰੱਖਿਆ ਬੱਚਿਆਂ ਹਾਲ ਤੋਂ ਸੀ ਪਾਲਿਆ ਉਹ ਬਿਲਕੁਲ ਜੀ ਉਹ ਭਾਈ ਮਾੜੇ ਰੱਖਿਆ ਸੀ 4 ਸਾਲ ਉਹ ਸਾਂਭੀ ਰੱਖਿਆ ਬਾਅਦ ਵਿੱਚ ਹੁਣ ਉਹ ਭਾਈ ਮਾੜਾ ਫੋਤ ਹੋ ਗਿਆ ਇਹ 3 ਸਾਲ ਆ ਜੀ ਫਿਰ ਉਹਨੂੰ ਬੇਸ਼ੁਮਾਰ ਲੋਕਾਂ ਮੰਗਿਆ ਹੋਇਆ ਉਂਠ ਵੇਚੀ ਹੋਈ ਜਿਹੜਾ ਮੈਂ ਨਾ ਵੇਚਣਾ ਕਿ ਮੈਂ ਇਸ ਕੀ ਆਪਣੇ ਉੱਪਰ ਉਹ ਨਹੀਂ ਨਿਸ਼ਾਨੀ ਰੱਖਿਆ ਨਿਸ਼ਾਨੀ ਰੱਖਿਆ ਵਾ ਪਰ ਉਹ ਰੱਖਿਆ ਵਾ ਭਾਈ ਉਂਠ ਨਹੀਂ ਸੀ ਮਾੜੇ ਵਾਸਤੇ ਉਹ ਮਾੜਾ ਭਾਈ ਸੀ ਪਰ ਚਲੋ ਬੇਚਾਰਾ ਉਹ ਵੀ ਸਾਥ ਛੋੜ ਗਿਆ ਭਾਈ ਵੀ ਛੋੜ ਗਿਆ ਚਲੋ ਇੱਕ ਨਿਰਾਮ ਬਾਜੀ ਬਲਕਿ ਮੈਂ ਉਹਦਾ ਜਿਸ ਦੁਨੀਆ ਵਿੱਚ ਬੜੀ ਆਇਆ ਉਹ ਬੰਦੇ ਨੂੰ ਜਾਣਾ ਹੈ ਚੀਜ਼ ਹੈ ਜਿਸ ਅੱਲਾ ਜਿਸ ਕੀ ਰੂਹ ਦਿੱਤੀ ਉਸ ਕੀ ਮੁੜੀ ਕਿੰਦੀ ਸੀ ਜੀ ਤਾਂ ਬਾਕੀ ਇਹ ਅੱਛਾ ਜਾਣ ਦੁਨੀਆ ਨੇ ਇੱਕ
ਲਗਾ ਵਾ ਬਸ ਮੌਲਾ ਅਰਜ਼ ਕੀ ਸਾਸ ਦੇਣੇ ਉਹ ਮੁੜ ਕੀ ਨੇ ਬਾਕੀ ਉਹਨੇ ਯਾਦ ਅਸੀਂ ਅੱਛੀਆਂ ਸੀ ਮੇਰੇ ਸਾਬੀ ਜੀ ਰਹੀ ਰਹੇ ਹੁਣ ਅਸਾਂ ਇੱਥੇ ਸੱਤ ਸਾਲ ਰੱਖੀ ਰੱਖਿਆ ਰਹੀ ਰਹੇ ਯਾਦ ਕੀਆਂ ਦੇਖਣੀ ਜੀ ਮਾੜਾ ਛੋਟਾ ਬੱਚਾ ਅਤੇ ਉਸਕੀ ਉਹ ਬੜਾ ਪਿਆਰਾ ਊਂਠ ਸੀ ਉਹ ਵਿਚਾਰਾ ਬੇਅਦ ਖਮਜ਼ਾਦਾ ਆ ਬਾਕੀ ਹੁਣ ਪਤਾ ਮੀਸਾ ਲਾਉਣਾ ਅਸੀਂ ਅੱਖਾਂ ਤੱਕ ਲੱਗਿਆ ਰਾਤੀ ਅਸੀਂ ਨੀਂਦਰਾਂ ਵੀ ਗੁਣਛੀਆਂ ਕਿਆ ਯਾਰ ਫਿਰ ਉਹਨੀ ਅੱਛੀ ਮੈਂ ਹੁਣ ਬਸ ਕਿਆ ਪਊਂ ਹੁਣ ਕਿਆ ਇਰਾਦਾ ਹੋਰ ਕੀ ਊਂਠ ਕੇ ਸੋਇਆ ਜੀ ਇਨਸ਼ਾਅੱਲਾ ਜੇ ਮੌਲਾ ਹੀ ਕੋਈ ਮਨਜ਼ੂਰ ਹੋਇਆ ਜਾਂ ਸਾਡੇ ਨਸੀਬਾਂ 'ਚ ਹੋਇਆ ਤਾਂ ਇਨਸ਼ਾਅੱਲਾ ਕੋਈ ਹੋਰ ਇਰਾਦਾ ਆਇਆ ਇਰਾਦਾ ਆਇਆ ਇਨਸ਼ਾਅੱਲਾ ਬਾਕੀ ਨਿਕਾਹ ਕਾ ਬਣਾ ਨਿਕਾਹ ਜ਼ਰਾ ਸਾ ਮੈਂ ਤਾਂ ਕਿਹਾ ਵੀ ਰਾ ਬੇਇੱਜ਼ਤ ਗਮਜ਼ਾਦਾ ਆਇਆ ਗਮਜ਼ਾਦਾ ਆਇਆ ਲਾਣਾ ਜੀ ਕਿ ਉਸਕੀ ਊਂਠਾਂ ਨਾਲ ਮੈਂ ਉਸਾਂ ਦੀ ਖਾਤਰ ਇਹ ਊਂਠ ਰੱਖਿਆ ਸਾ ਭਰਾ ਗਰੀਬ ਵੀ ਦੁਨੀਆਂ ਛੋੜੀ ਗਿਆ ਊਂਠ ਵੀ ਛੋੜੀ ਗਿਆ ਤਾਂ ਹੁਣ ਬੱਚਾ ਮਾੜਾ ਵੀ ਬੜਾ ਬੇਅਦ ਅਫਸੋਸ ਹੈ ਜਾ ਕਿਉਂਕਿ ਮੈਂ ਆਇਆ ਸੀ ਅਸੀਂ ਅੱਖਾਂ ਤੱਕੀਆਂ ਪਤਾ ਚੱਲਣਾ ਸੀ ਕਿ ਰੋਣਾ ਰਿਹਾ ਤਰੀਆ ਤਰੀਆ ਜਿਹੜਾ ਬੇਚਾਰਾ ਸਖਤ ਬਿਮਾਰ ਆ ਹੁਣ ਚਲੋ ਮੌਲਾ ਨੇ ਸ਼ਾਹ ਅੱਲਾਹ ਬਰਕਤ ਕਰੀਏ ਅੱਲਾਹ ਖੈਰ ਜੇ ਮੈਂ ਜ਼ਿੰਦਗੀ ਰਹੀ ਤਾਂ ਖੈਰ ਊਂਠ ਹੋਰ ਕੋਈ ਚਾਹੀਦੀ ਇਨਸਾਨ ਯਾ ਇਨਸ਼ਾਅੱਲਾ ਇਨਸ਼ਾਅੱਲਾ ਬਸ ਦਵਾ ਹੋਣੀ ਚਾਹੀਦੀ ਪਰ ਉਹ ਦਵਾ ਹੋਣੀ ਚਾਹੀਦੀ ਤੇ ਬਾਕੀ ਹੋਰ ਕਿਆ ਸ਼ੁਗਲ ਮੇਲਾ ਰੱਖਿਆ ਉਸ ਉਹ ਜਿਹੜਾ ਮੰਜਾਂ ਛੰਜਾਂ ਰੱਖੀਆਂ ਵਾ ਬਸ ਵਧੀਆ ਜੀ ਮੰਜਾਂ ਛੰਜਾਂ ਜੀ ਜੀ ਕੋਈ ਗਈਆਂ ਛਈਆਂ ਹੋਈਆਂ ਬਸ ਗਈਆਂ ਵੀ ਇੱਕ ਦੋ ਥੀਆਂ ਦੋ ਤਰ੍ਹਾਂ ਮੰਜਾਂ ਹੋਈਆਂ ਤੇ ਬਾਕੀ ਉੱਥੇ ਊਂਠ ਸੰਗਿਓ ਕਲਿਆਣ ਸ਼ੇਫ ਊਂਠ ਵਾਲਾ ਵਿਕੇ ਵੀ ਉਸਨੇ ਕੋਈ ਇਰਾਦਾ ਰੱਖਿਆ ਸੀ ਜੀ ਕਾਫੀ ਲੋਕਾਂ ਇਧਰ ਉਧਰ ਕਿਤੇ ਉਹ ਮਾੜੇ ਸਾਥੀ ਦੋ ਤਰ੍ਹਾਂ ਗਏ ਸੀ ਉਹਨੂੰ ਦੋ ਤਰ੍ਹਾਂ ਊਂਠ ਆਪਣੇ ਵੇਚੇ ਦੋ ਤਰ੍ਹਾਂ ਨਵੇਂ ਆਉਂਦੇ ਨੇ ਪਰ ਇਹ ਦੁਨੀਆਂ ਦਾ ਰਿਵਾਜ ਆ ਨਵਾਂ ਚੀਜ਼ ਬੰਦਾ ਲੈਣ ਦੇਣ ਕਰਨਾ ਅੱਛੀਆਂ ਜਾਣੀਆਂ ਚੀਜ਼ਾਂ ਭਾਈ ਤੇ ਬਾਕੀ ਸਣੇ ਉਠਣੀ ਬੋਲੀ ਵਗੈਰਾ ਲੱਗੀ ਹੋਈ ਅਸੀਂ ਮਾੜੇ ਕੋਲੋਂ ਬੇਸ਼ੁਮਾਰ ਬੰਦਿਆਂ ਆਇਆ ਜੀ ਵੇਚਣਾ ਪਰ ਮੈਂ ਜਿਹਾ ਜਵਾਬ ਸੀ ਮੈਂ ਸ਼ੌਕ ਨਾਲ ਰੱਖਿਆ ਵਾ ਭਾਈ ਮੈਂ ਨਾ ਵੇਚਣਾ ਜੀ ਬਿਲਕੁਲ ਇੰਨਾ ਜਿਹੜਾ ਊਂਠ ਰੱਖਿਆ ਸੀ ਜੀ ਉਹ ਸ਼ੌਂਕ ਮਾਣਿਆ ਰੱਖਿਆ ਸੀ ਕਿਉਂਕਿ ਇਹਨਾਂ ਨੇ ਇਹ ਉਹ ਊਂਠ ਸੀ ਆ ਜਿਹੜੇ ਇਹਨੇ ਭਰਾਉਣੀ ਨਿਸ਼ਾਨੀ ਸੀ ਆ ਜਿਹੜੇ ਇਹਨੇ ਭਰਾਓ ਆਪਣੇ ਥਾਂ ਪਾਲਿਆ ਸੀ ਇਹਨਾਂ ਭਰਾ ਤਾਂ ਫੋਤ ਹੋ ਗਿਆ ਸੀ ਤਾਂ ਉਸਨੇ ਨਿਸ਼ਾਨੀ ਕੀ ਰੱਖਿਆ ਸੀ ਯਾਦ ਦੇ ਤੌਰ 'ਤੇ ਜੀ ਮਾੜੇ ਦੋਸਤੋ ਅੱਜ ਅਸਾਂ ਵੀਡੀਓ ਤੱਕੀ ਆ ਭਾਈ ਸਾਗਰ ਹੋਣਾ ਸੀ ਆ ਊਂਠ ਉਹਨਾਂ ਜਾਂ ਊਂਠ ਹੈ ਸੀ ਜੋ ਉਹ ਗਏ ਸੀ ਆ ਉਹ ਵੀ ਅੱਲਾ ਕੀ ਪਿਆਰਾ ਹੋ ਗਿਆ ਵੀਡੀਓ ਬਣਾਉਣੀ ਜ਼ਹਿਰਾ ਜੀ ਮੈਂ ਆਪੋ ਅਪਸੈਟ ਹੋ ਗਿਆ ਸਾਂ ਕਿਉਂਕਿ ਇਸ ਊਂਠਣੀ ਮੈਂ ਆਪੋ ਵੀਡੀਓ ਬਣਾਈ ਸੀ ਆ ਜ਼ਹਿਰਾ ਜਿਸ ਬੰਦੇ ਨਾਲ ਊਂਠ ਆ ਤਾਂ ਉਸੀ ਕੀ ਇਸ ਊਂਠਣਾ ਕਿਤਨਾ ਅਫਸੋਸ ਸੀ ਆ 10 ਤੋਂ 12 ਸਾਲ ਉਹਨਾਂ ਉਸ ਊਂਠਣੀ ਖਿਦਮਤ ਕੀਤੀ ਆ ਬੱਚਿਆਂ ਸੀਗੀ ਪਾਲਿਆ ਨੇ ਬੜਾ ਕੀਤਾ ਨੇ ਜਿਸਾ ਬੜਾ ਹੋਇਆ ਆਖਿਰਕਾਰ ਉਹ ਅੱਲਾ ਨੇ ਵਾਲਿਆ ਹੋ ਗਿਆ ਜ਼ਹਿਰਾ ਜੀ ਦੁਨੀਆਂ ਜਿਹੜੀ ਚੀਜ਼ ਅੱਛੀ ਆ ਉਸ ਤਾਂ ਜਾਣਾ ਹੀ ਆ ਬਾਕੀ ਅਸਾਂ ਅਫਸੋਸ ਹੀ ਕਰੀ ਸਕਦੇ ਹਾਂ ਤਾਂ ਨਾਲ ਹੀ ਸੋ ਕਿ ਨਹੀਂ ਇਜਾਜ਼ਤ ਇਸ ਦੌਰਾਨ ਸਾਡੀ ਖਿਦਮਤ ਇਸ ਤਰ੍ਹਾਂ ਅਸਾਂ ਨੈਣੀ ਵੀਡੀਓ ਕੋਲ ਹਾਜ਼ਰ ਹੋਣ ਦੇ ਸਾਂ ਤਬ ਤੱਕ ਦੱਸੋ ਇਜਾਜ਼ਤ ਫੀ ਮਾਨ ਅੱਲਾ।